ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਤੇ ਦੋਸਤੋ ਅੱਜ ਗੱਲ ਕਰਾਂਗੇ ਨਾ ਆਪਣਾ ਇੱਕ ਲੋਕ ਗੀਤ, ਆਪਣਾ ਬੜਾ ਹਿੱਟ ਲੋਕ ਗੀਤ ਹੋਇਆ ਪੰਜਾਬ 'ਚ, ਤਾਂ ਉਹਨੂੰ ਬੜੀ ਮੁਹੱਬਤ ਮਿਲੀ ਪਰ ਉਹਨੂੰ ਬੋਂਬੇ ਦੇ ਵਿੱਚੋਂ, ਬੋਲੀਵੁੱਡ ਦੇ ਵਿੱਚ ਬੜਾ ਕਬੂਲਿਆ ਗਿਆ। ਕਹਿ ਸਕਦੇ ਹਾਂ ਕਿ ਉਹ ਗੀਤ ਨੇ ਪੂਰੀ ਫਿਲਮ ਨੂੰ ਵੀ ਹਿੱਟ ਕਰਤਾ। ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਗੀਤ ਦੀ ਗੱਲ ਕਰਦੇ ਹਾਂ। ਫਿਲਮ ਦਾ ਨਾਮ ਐਨੀਮਲ ਅਤੇ ਗੀਤ ਅਰਜਨ ਵੈਲੀ। ਉਸ ਗੀਤ ਕਰਕੇ ਕਹਿੰਦੇ ਪੂਰੀ ਫਿਲਮ ਚਰਚਾ ਦੇ ਵਿੱਚ ਆਈ, ਪੂਰੀ ਫਿਲਮ ਹਿੱਟ ਹੋ ਗਈ ਸਿਰਫ ਉਹ ਗੀਤ ਕਰਕੇ। ਸਾਡਾ ਲੋਕ ਗੀਤ ਸੀ, ਭੁਪਿੰਦਰ ਬੱਬਲ ਜੀ ਹੋਰਾਂ ਨੇ ਉਸ ਗੀਤ ਨੂੰ ਗਾਇਆ ਸੀ। ਅਤੇ ਜਦੋਂ ਫਿਲਮ ਆਈ, ਜਦੋਂ ਸਾਰਾ ਕੁਝ ਹਿੱਟ ਹੋਇਆ, ਤਾਂ ਸਾਡਾ ਸਾਰਿਆਂ ਦੇ ਜਹਿਨ 'ਚ ਇੱਕ ਸਵਾਲ ਸੀਗਾ ਵੀ ਕਿਉਂ ਨਾ ਇਹ ਸਾਡਾ ਕੋਨਸੈਪਟ ਸੀਗਾ ਅਰਜਨ ਵੈਲੀ, ਵੀ ਤਾਂ ਇੱਕ ਚੰਗੀ ਫਿਲਮ ਬਣਨੀ ਚਾਹੀਦੀ ਹੈ। ਅਤੇ ਜਦੋਂ ਫਿਲਮ ਦਾ ਖਿਆਲ ਆਉਂਦਾ ਗਾ ਤਾਂ ਇੱਕੋ ਹੀ ਬੰਦਾ ਸਾਰਿਆਂ ਦੇ ਜਹਿਨ 'ਚ ਆਉਂਦਾ ਗਾ, ਕਿਉਂਕਿ ਅਰਜਨ ਵੈਲੀ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਕ ਚੰਗੇ ਕੱਦ ਕਾਠ ਦਾ ਗੱਭਰੂ, ਚੰਗਾ ਜਿਹਦਾ ਜੁੱਸਾ ਹੋਵੇ ਤਾਂ ਉਹ ਹੋਣਾ ਚਾਹੀਦਾ। ਤਾਂ ਸਾਡੇ ਸਾਰਿਆਂ ਦੇ ਫਿਰ ਜਹਿਨ 'ਚ ਇੱਕੋ ਹੀ ਬੰਦਾ ਹੋਊਗਾ ਸਾਡੀ ਇੰਡਸਟਰੀ 'ਚੋਂ, ਬਹੁਤ ਚੰਗੇ ਅਦਾਕਾਰ ਨੇ ਸਾਡੀ ਇੰਡਸਟਰੀ ਦੇ, ਪਰ ਹਰ ਇੱਕ ਦਾ ਅਲੱਗ ਇੱਕ ਜੋਨਰ ਹੁੰਦਾ, ਪਰ ਉਸ ਕਰੈਕਟਰ ਦੇ ਵਿੱਚ ਜੇ ਫਿੱਟ ਬਹਿੰਦਾ ਤਾਂ ਇੱਕੋ ਬੰਦਾ ਫਿੱਟ ਬਹਿੰਦਾ ਸੀਗਾ, ਉਹ ਸੀ ਦੇਵ ਖਰੌੜ। ਅਸੀਂ ਚਾਹੁੰਦੇ ਸੀਗੇ ਕਿ ਦੇਵ ਖਰੌੜ ਨੂੰ ਲੈ ਕੇ ਇੱਕ ਫਿਲਮ ਬਣਾਈ ਜਾਵੇ ਜਿਸ ਦਾ ਨਾਮ ਅਰਜਨ ਵੈਲੀ ਹੋਵੇ, ਅਤੇ ਹੂ ਬਹੂ ਉਸ ਕਰੈਕਟਰ ਦੇ ਨਾਲ ਢੁੱਕਦਾ ਵੀ ਆ, ਅਤੇ ਉਹ ਕਹਾਣੀ ਨੂੰ ਇਨਸਾਫ ਆ ਜਿਹੜਾ ਉਹ ਚੰਗੀ ਤਰ੍ਹਾਂ ਨਿਭਾ ਸਕਦੇ ਨੇ ਉਸ ਕਹਾਣੀ ਦੇ ਨਾਲ। ਅਤੇ ਇਹ ਸਾਡੀ ਰਾਏ ਸੀ ਸਾਰਿਆਂ ਦੀ, ਪਰ ਹੁਣ ਇਹ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਸਾਡੀ ਜਿਹੜੀ ਇੱਛਾ ਉਹ ਪੂਰੀ ਹੋ ਗਈ, ਕਿਉਂਕਿ ਫਿਲਮ ਦੀ ਅਨਾਊਂਸਮੈਂਟ ਹੋ ਚੁੱਕੀ ਹੈ ਜੀ। ਫਿਲਮ ਦਾ ਨਾਮ ਹੈ ਅਰਜਨ ਵੈਲੀ, ਫਸਟ ਲੁੱਕ ਫਿਲਮ ਦੀ ਅਸੀਂ ਵੇਖਣ ਨੂੰ ਮਿਲੀ ਆ, ਅਤੇ ਹੂ ਬਹੂ ਅਰਜਨ ਵੈਲੀ ਨਾਲ ਇੱਕ ਗੰਡਾਸੀ ਉਹਨਾਂ ਨੇ ਵਿਖਾਈ ਗਈ ਆ। ਇੱਥੋਂ ਇਹ ਅਨੁਮਾਨ ਲਗਾਇਆ ਜਾਂਦਾ ਕਿ ਹੋ ਸਕਦਾ ਕਹਾਣੀ ਸੱਚੀ ਉੱਦਾਂ ਦੀ ਹੋਵੇ, ਅਰਜਨ ਵੈਲੀ ਦੀ ਕਹਾਣੀ ਹੋਵੇ, ਇਹ ਉਹੀ ਕੰਸੈਪਟ ਉਹਨਾਂ ਨੇ ਚੱਕਿਆ ਹੋਵੇ, ਅਰਜਨ ਵੈਲੀ ਨੂੰ ਉਹਨਾਂ ਨੇ ਦਰਸਾਉਣਾ ਹੋਵੇ ਵੀ ਕਿਹੋ ਜਿਹਾ ਸੀਗਾ ਅਰਜਨ ਵੈਲੀ, ਕੀ ਸੀ ਅਰਜਨ ਵੈਲੀ, ਕਿਉਂਕਿ ਇਹ ਵੀ ਬੜੇ ਸਵਾਲ ਸੀਗੇ ਕਿ ਅਰਜਨ ਵੈਲੀ ਕੌਣ ਸੀਗਾ, ਕਿੱਥੋਂ ਦਾ ਰਹਿਣ ਵਾਲਾ ਸੀਗਾ, ਕੀ ਹਿਸਟਰੀ ਰਹੀ ਅਰਜਨ ਵੈਲੀ ਦੀ, ਕੀ ਕੀ ਉਹਨਾਂ ਨੇ ਝੱਲਿਆ, ਕੀ ਉਹਨਾਂ ਦੇ ਨਾਲ ਵਾਪਰੀ ਆ। ਅਤੇ ਮੈਨੂੰ ਲੱਗਦਾ ਸ਼ਾਇਦ, ਮੈਂ ਅਸੀਂ ਪੱਕਾ ਨਹੀਂ ਹੈਗੇ ਵੀ ਸ਼ਾਇਦ ਉਹ ਕਹਾਣੀ ਨੂੰ ਦਰਸਾਇਆ ਜਾਊਗਾ ਅਰਜਨ ਵੈਲੀ ਇਸ ਫਿਲਮ ਦੇ ਵਿੱਚ। ਔਰ ਵੱਡੀ ਗੱਲ ਹੈ ਕਿ ਜਿਨ੍ਹਾਂ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਉਹ ਬੜੇ ਸੁਲਝੇ ਹੋਏ ਇਨਸਾਨ ਨੇ, ਬੜੀਆਂ ਹਿੱਟ ਫਿਲਮਾਂ ਉਹਨਾਂ ਨੇ ਸਾਡੀ ਇੰਡਸਟਰੀ ਨੂੰ ਦਿੱਤੀਆਂ ਨੇ। ਮਨਦੀਪ ਬੈਨੀਪਾਲ ਹੋਰਾਂ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ, ਡਾਕੂਆਂ ਦਾ ਮੁੰਡਾ ਉਹਨਾਂ ਨੇ ਫਿਲਮ ਨੂੰ ਡਾਇਰੈਕਟ ਕੀਤਾ ਸੀਗਾ, ਬਹੁਤ ਚੰਗਾ ਉਹਨਾਂ ਦੀ ਬੜੀ ਪਾਕੜ ਹੁੰਦੀ ਹੈ ਉਹਨਾਂ ਦੀ ਕੋਨਸੈਪਟ 'ਤੇ, ਬੜਾ ਹਲਕੀ ਗੱਲ ਨਹੀਂ ਕਰਦੇ ਉਹ, ਬੜੀ ਸੂਝ ਬੂਝ ਦੇ ਨਾਲ ਉਹ ਫੈਸਲਾ ਲੈਂਦੇ ਨੇ, ਅਤੇ ਇਹ ਫੈਸਲਾ ਬੜਾ ਚੰਗਾ ਲੈਤਾ ਹੋਣਾ ਉਹਨਾਂ ਨੇ ਕਿ ਇਸ ਫਿਲਮ ਨੂੰ ਬਣਾਇਆ ਜਾਵੇ। ਅਤੇ ਫੈਨ ਲਈ ਦੋਸਤੋ ਬੜੀ ਐਕਸਾਈਟਮੈਂਟ ਆ ਸਾਨੂੰ, ਬੜਾ ਚਾਅ ਵੀ ਆ, ਪਰ ਇਹ ਸਾਨੂੰ ਉਦੋਂ ਹੀ ਪਤਾ ਲੱਗੇਗਾ ਕਿ ਕਹਾਣੀ ਕਿਹੋ ਜਿਹੀ ਆ ਜਦੋਂ ਅਸੀਂ ਫਿਲਮ ਦਾ ਟ੍ਰੇਲਰ ਜਾਂ ਟੀਜ਼ਰ ਵੇਖਾਂਗੇ। ਫਿਲਹਾਲ ਤਾਂ ਇਹ ਚਾਅ ਕਿ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਸਾਡਾ ਕੋਨਸੈਪਟ ਦਿਖਾਇਆ ਜਾਊਗਾ, ਇਹ ਚਾਅ ਸਾਨੂੰ, ਕਿਉਂਕਿ ਨਹੀਂ ਇਹ ਵੀ ਹੋ ਸਕਦਾ ਸੀਗਾ ਕਿ ਸਾਇਡ ਬਾਲੀਵੁੱਡ ਵਾਲੇ ਇਸ ਫਿਲਮ ਨੂੰ ਬਣਾ ਜਾਂਦੇ, ਪਰ ਨਹੀਂ ਇਹ ਹੰਭਲਾ ਮਾਰਿਆ, ਸਾਡੇ ਪੰਜਾਬੀ ਸਿਨੇਮੇ ਨੇ ਇਸ ਫਿਲਮ ਨੂੰ ਬਣਾਇਆ ਜਾਣਾ। ਅਰਜਨ ਵੈਲੀ ਨੇ 2025 ਇਸ ਫਿਲਮ ਨੇ ਰਿਲੀਜ਼ ਹੋਣਾ, ਬਹੁਤ ਕਮਾਲ ਦਾ ਕੋਨਸੈਪਟ ਆ। ਅਤੇ ਕਿਹਨਾਂ ਨੇ ਇਸ ਫਿਲਮ ਨੂੰ ਲਿਖਿਆ ਆਪਾਂ ਉਹ ਵੀ, ਕਿਹਨਾਂ ਨੇ ਡਾਇਰੈਕਟ ਕੀਤਾ, ਕਿਹਨਾਂ ਨੇ ਇਸ ਫਿਲਮ ਨੂੰ ਪ੍ਰਜੈਂਟ ਕੀਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਦਾ ਹੀ ਮੈਨ ਮੂਵੀ ਮੇਕਰਸ ਐਂਡ ਆਦੇਸ਼ ਆਰਟ ਇਨ ਐਸੋਸੀਏਸ਼ਨ ਵਿਦ ਓਰੀ ਪ੍ਰੋਡਕਸ਼ਨ ਦੇ ਵੱਲੋਂ ਫਿਲਮ ਨੂੰ ਪ੍ਰਜੈਂਟ ਕੀਤਾ ਜਾਣਾ। ਅਤੇ ਫਿਲਮ ਨੂੰ ਲਿਖਿਆ ਕਿਹਨਾਂ ਨੇ ਜੀ, ਗੁਰਪ੍ਰੀਤ ਸਹਿਜੀ ਉਹਨਾਂ ਨੇ ਫਿਲਮ ਨੂੰ ਲਿਖਿਆ, ਅਤੇ ਚੰਗੀ ਉਹਨਾਂ ਦੀ ਕਲਮ ਆ, ਚੰਗਾ ਕੋਨਸੈਪਟ ਆ। ਅਤੇ ਫਿਲਮ ਨੇ 2025 ਨੂੰ ਰਿਲੀਜ਼ ਹੋਣਾ, ਹਾਲੇ ਫਿਲਮ ਦਾ ਸ਼ੂਟ ਆ ਜਿਹੜਾ ਉਹ ਸਟਾਰਟ ਹੋ ਗਿਆ ਹੋਣਾ ਜਾਂ ਹਾਲੇ ਹੋਣਾ, ਪਰ ਫਿਲਮ 2025 'ਚ ਰਿਲੀਜ਼ ਹੋਏਗੀ। ਅਤੇ ਐਕਸਾਈਟਮੈਂਟ ਬਹੁਤ ਜ਼ਿਆਦਾ ਸਾਨੂੰ ਫਿਲਮ ਨੂੰ ਵੇਖਣ ਦੀ, ਅਤੇ ਉਦੋਂ ਤੱਕ ਪੰਜਾਬੀ ਸਿਨੇਮੇ 'ਚ ਬਹੁਤ ਕਮਾਲ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ, ਉਹਨਾਂ ਨੂੰ ਵੇਖੋ ਅਤੇ ਰਿਵਿਊ ਆਪਣੇ ਜ਼ਰੂਰ ਦਿਆ ਕਰੋ ਪੰਜਾਬੀ ਟੇਸ਼ਨ ਦੇ, ਕਿ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਪੰਜਾਬੀ ਸਿਨੇਮਾ, ਕਿਹੋ ਜਿਹਾ ਪੰਜਾਬੀ ਸਿਨੇਮਾ ਬਣਨਾ ਚਾਹੀਦਾ, ਕਿਹੋ ਜਿਹੇ ਕੰਸੈਪਟ ਆਉਣੇ ਚਾਹੀਦੇ ਨੇ, ਆਪਣੀ ਰਾਏ ਜ਼ਰੂਰ ਰੱਖਿਆ ਕਰੋ। ਧੰਨਵਾਦ।